ਪੰਜਾਬ ਦੇ ਵਿੱਚ ਇਸ ਵਕਤ ਦਿੱਲੀ ਤੋਂ ਪਹੁੰਚੇ ਲੀਡਰਾਂ ਨੇ ਮਾਹੌਲ ਪਖਾਇਆ ਹੋਇਆ ਹੈ ਕੱਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਿਆਲਾ ਦੇ ਵਿੱਚ ਆਪਣੀ ਪਹਿਲੀ ਰੈਲੀ ਕੀਤੀ ਤਾਂ ਅੱਜ ਜਲੰਧਰ ਤੇ ਗੁਰਦਾਸਪੁਰ ਦੇ ਵਿੱਚ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਹੋਣਗੀਆਂ ਮੋਦੀ ਦੀ ਆਮਦ ਦੇ ਮੱਦੇਨਜ਼ਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਗੁਜਰਾਤ ਪੁਲਿਸ ਦੇ ਜਵਾਨਾਂ ਨੂੰ ਹਿਤਾਨਾਤ ਕੀਤਾ ਗਿਆ ਦੋ ਦਿਨ ਪਹਿਲਾਂ ਹੀ ਗੁਜਰਾਤ ਪੁਲਿਸ ਜਲੰਧਰ ਪਹੁੰਚ ਗਈ ਸੀ ਮੋਦੀ ਸਥਾਨਕ ਪੀਏਪੀ ਗਰਾਊਂਡ ਵਿੱਚ ਸ਼ਾਮ 4 ਵਜੇ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ ਕਿਸਾਨਾਂ ਵੱਲੋਂ ਵੀ ਪ੍ਰਧਾਨ ਮੰਤਰੀ ਦੇ ਵਿਰੋਧ ਤੇ ਉਹਨਾਂ ਨੂੰ ਕਾਲੇ ਝੰਡੇ ਦਿਖਾਉਣ ਦਾ ਅੱਜ ਫਿਰ ਜਲੰਧਰ ਪ੍ਰਸ਼ਾਸਨ ਨੇ ਪੂਰੇ ਸ਼ਹਿਰ ਨੂੰ ਅੱਜ ਨੋ ਫਲਾਈ ਜ਼ੋਨ ਐਲਾਨਿਆ ਹੈ ਐਡੀਸੀ ਜਲੰਧਰ ਡਾਕਟਰ ਅਮਿਤ ਮਹਾਜਨ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਦਫਾ 144 ਲਾਗੂ ਕਰ ਦਿੱਤੀ ਗਈ ਹੈ ਜ਼ਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦੀ ਉਡਾਣ ਭਰਨ ਤੇ ਮੁਕੰਮਲ ਪਾਬੰਦੀ ਰਹੇਗੀ ਇਸੇ ਤਰ੍ਹਾਂ ਭਾਜਪਾ ਸਮਾਜ ਪਾਰਟੀ ਦੀ ਪ੍ਰਧਾਨ ਕੁਮਾਰੀ ਮਾਇਆਵਤੀ ਵੀ ਅੱਜ ਪੰਜਾਬ ਪਹੁੰਚ ਰਹੀ ਹੈ ਨਵਾਂ ਸ਼ਹਿਰ ਦੇ ਵਿੱਚ ਮਾਇਆਵਤੀ 6ਵੀਂ ਵਾਰ ਪਹੁੰਚ ਰਹੀ ਨੇ ਇਸ ਤੋਂ ਪਹਿਲਾਂ 2014 ਤੇ 19 ਦੀਆਂ ਲੋਕ ਸਭਾ ਚੋਣਾਂ ਤੇ ਫਿਰ 12 16 22 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਮਾਇਆਵਤੀ ਨਵਾਂ ਸ਼ਹਿਰ ਚ ਰੈਲੀਆਂ ਨੂੰ ਸੰਬੋਧਨ ਕਰ ਚੁੱਕੇ ਨੇ ਉਹਨਾਂ ਦੇ ਆਮਦ ਨੂੰ ਲੈ ਕੇ ਤਿਆਰੀਆਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਨੇ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਤੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਤੇ ਹਲਕਾ ਵਿਧਾਇਕ ਨਛੱਤਰ ਪਾਲ ਨੇ ਕਿਹਾ ਕਿ ਸੂਬੇ ਦੇ ਪਾਰਟੀ ਵਰਕਰਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਜਿਸ ਕਰਕੇ ਇਹ ਰੈਲੀ ਪ ਸੀاسي فضا بدلن ਦਾ ਪ੍ਰਤੀਕ ਵੀ ਸਾਬਤ ਹੋਵੇਗੀ ਪ੍ਰਧਾਨ ਮੰਤਰੀ ਦੀ ਅੱਜ ਗੁਰਦਾਸਪੁਰ ਦੀ ਚੋਣ ਰੈਲੀ ਤੋਂ ਪਹਿਲਾਂ ਇੱਥੇ ਬੀਜੇਪੀ ਨੂੰ ਝਟਕਾ ਵੀ ਲੱਗਿਆ ਹੈ ਕਿਉਂਕਿ ਭਾਜਪਾ ਦੇ ਦਰਜਨ ਭਰ ਲੀਡਰ ਕੱਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸਾਰੇ ਲੀਡਰਾਂ ਨੂੰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਭਾਜਪਾ ਯੁਵਾ ਮੋਰਚਾ ਦੇ ਗੁਰਦਾਸਪੁਰ ਅਮਰਸੱਤਿਖਰੂਰ ਸਾਹਿਬ ਸੰਸਦੀ ਹਲਕਿਆਂ ਦਾ ਇੰਚਾਰਜ ਹੋਰ ਆਗੂਆਂ ਸਣੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਜਿਸ ਨੇ ਜ਼ਾਹਿਰ ਤੌਰ ਤੇ ਬੀਜੇਪੀ ਦੀ ਕਿਰਕਰੀ ਜ਼ਰੂਰ ਕੀਤੀ ਹੈ ਜ਼ਾਹਿਰ ਤੌਰ ਤੇ ਪ੍ਰਧਾਨ ਮੰਤਰੀ ਦੀ ਕੱਲ ਪਟਿਆਲੇ ਹੋਈ ਚੋਣ ਰੈਲੀ ਨੇ ਪੰਜਾਬ ਦਾ ਚੋਣ ਮਾਹੌਲ ਪਖਾ ਦਿੱਤਾ ਹੈ ਅੱਜ ਜਿੱਥੇ ਮਾਇਆਵਤੀ ਪਹੁੰਚ ਰਹੇ ਨੇ ਉੱਥੇ ਹੀ ਰਾਹੁਲ ਗਾਂਧੀ ਪੰਜਾਬ ਦੇ ਵਿੱਚ ਕੱਲ 25 ਮਈ ਨੂੰ ਅੰਮ੍ਰਿਤਸਰ ਦੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ ਤੇ ਫਿਰ 29 ਮਈ ਨੂੰ ਪਟਿਆਲਾ ਤੇ ਲੁਧਿਆਣਾ ਦੇ ਵਿੱਚ ਰੈਲੀਆਂ ਕਰਨਗੇ ਇਸੇ ਤਰ੍ਹਾਂ ਪ੍ਰਿਆੰਕਾ ਗਾਂਧੀ ਵੀ 26 ਮਈ ਨੂੰ ਫਤਿਹਗੜ੍ਹ ਸਾਹਿਬ ਤੇ ਜਲੰਧਰ ਦੇ ਵਿੱਚ ਚੋਣ ਰੈਲੀਆਂ ਕਰਨਗੇ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਚੋਣਾਂ ਦੇ ਵਿੱਚ ਪੰਜਾਬ ਚ ਵਨ ਮੈਨ ਆਰਮੀ ਵਜੋਂ ਉੱਭਰੇ ਹਨ ਉਹਨਾਂ ਦੇ ਲਈ ਇਹ ਚੋਣਾਂ ਵਕਾਰੀ ਹਨ ਤੇ ਚੋਣ ਨਤੀਜੇ ਭਗਵੰਤ ਮਾਨ ਦੀ ਨਿੱਜੀ ਹੈਸੀਅਤ ਤੇ ਪ੍ਰਭਾਵ ਪਾਉਣਗੇ ਮੁੱਖ ਮੰਤਰੀ ਨੇ ਖੁਦ ਹੀ ਸਾਰੇ ਹਲਕਿਆਂ ਦੇ ਵਿੱਚ ਰੋਡ ਸ਼ੋਅ ਉਲੀਕਿਆ ਹੈ ਮੁੱਖ ਬੁਲਾਰੇ ਵੀ ਉਹੀ ਹਨ ਤੇ ਚੋਣ ਪ੍ਰਚਾਰ ਦੀ ਮੁਹਿੰਮ ਨੂੰ ਵੀ ਉਹੀ ਉਲੀਕ ਰਹੇ ਨੇ ਹਾਲਾਂਕਿ ਅਰਵਿੰਦ ਕੇਜਰੀਵਾਲ ਵੀ ਛੇਤੀ ਪੰਜਾਬ ਪਹੁੰਚਣਗੇ 25 ਮਈ ਤੋਂ ਲੈ ਕੇ 30 ਮਈ ਤੱਕ ਉਹ ਪੰਜਾਬ ਦੇ ਵਿੱਚ ਰਹਿਣਗੇ ਸ਼ਹਿਰੀ ਇਲਾਕਿਆਂ ਦੇ ਵਿੱਚ ਚੋਣ ਰੈਲੀਆਂ ਕਰਨਗੇ ਰੋਡ ਸ਼ੋਅ ਵੀ ਕੱਢਣਗੇ ਕਲ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟਿੰਨੂ ਦੇ ਹੱਕ ਵਿੱਚ ਨਕੋਦਰ ਆਦਮਪੁਰ ਗੁਰਾਇਆ ਤੇ ਜਲੰਧਰ ਛੌਨੀ ਦੇ ਵਿੱਚ ਰੋਡ ਸ਼ੋਅ ਕੱਢੇ ਅਤੇ ਦਾਵਾ ਕੀਤਾ ਕਿ ਪੰਜਾਬ ਦੇ ਵਿੱਚ ਸਾਰੀਆਂ ਸੀਟਾਂ ਆਮ ਆਦਮੀ ਪਾਰਟੀ ਜਿੱਤੇਗੀ ਤੇ ਬਠਿੰਡਾ ਹਲਕੇ ਤੋਂ ਕਹਿੰਦੇ ਬਾਦਲ ਪਰਿਵਾਰ ਦੀ ਇਹ ਆਖਰੀ ਚੋਣ ਹੋਵੇਗੀ ਇਹਨਾਂ ਨੇ ਲੁੱਟਿਆ ਪੰਜਾਬ ਤਾਈਆਂ ਅੱਜ ਖਤਮ ਹੋ ਗਏ ਅੱਜ ਉਹਨਾਂ ਨੂੰ ਬੰਦਾ ਨਹੀਂ ਥਿਆਉਂਦਾ ਗੱਡੀ 'ਚ ਬਿਠਾਉਣ ਵਾਸਤੇ ਵੀਰੋ ਸੁਖਵੀਰ ਬਾਦਲ ਦਾ ਜਿਹੜਾ ਪਰਿਵਾਰ ਬਚਾਓ ਯਾਤਰਾ ਨਹੀਂ ਚੱਲ ਰਹੀ ਉਹ ਜੀਪ ਦੇ ਉੱਤੇ ਛਤਰੀ ਜੀ ਲਾ ਰੱਖਿਆ ਤੁਰ ਜਾਂਦਾ ਹੁੰਦਾ ਹੈ ਸ਼ਹਿਰ 'ਚ ਕੋਈ ਬੰਦਾ ਨਹੀਂ ਆਲੇ ਦਲੇ ਹੁੰਦਾ ਬੰਦ ਦੁਕਾਨਾਂ ਨੂੰ ਐ ਐ ਕਰਦਾ ਜਾਂਦਾ ਹੁੰਦਾ ਉਹਨੂੰ ਐ ਲੱਗੀ ਜਾਂਦਾ ਪਤਾ ਨਹੀਂ ਬੰਦੇ ਖੜੇ ਨੇ ਬੰਦੇ ਖੜੇ ਨਹੀਂ ਝੌੜਾ ਝੌੜਾ ਐ ਦਿਖਣ ਲੱਗ ਗਿਆ ਇਹਨਾਂ ਨੂੰ ਹਾਂਜੀ ਲੱਡੂਆਂ ਦੇ ਪੈਸੇ ਮੰਗੀ ਜਾਂਦੇ ਆ ਹਲਵਾਈ ਸੋ ਵੀਰੋ ਇਹਨਾਂ ਤੋਂ ਕੀ ਉਮੀਦ ਕਰੋਗੇ ਜਿਹੜੇ ਗਰੀਬਾਂ ਦੇ ਪੈਸੇ ਵੀ ਨਹੀਂ ਦੇ ਸਕਦੇ ਬਠਿੰਡੇ ਜਾ ਕੇ ਦੇਖਿਓ ਬੁਰਾ ਹਾਲ ਹੋਇਆ ਪਿਆ ਇੱਕ ਮੈਂ ਤੁਹਾਨੂੰ ਅੰਦਰਲੀ ਗੱਲ ਦੱਸਦਾ ਗਾਹਾਂ ਨਾ ਗੱਲ ਕਰਦੇਓ ਠੀਕ ਹੈ ਨਾ ਕੁਝ ਅਫਸਰ ਹੈਗੇ ਨੇ ਪੰਜਾਬ ਦੇ ਅਫਸਰ ਨੇ ਜਿਹੜੇ ਇਹਨਾਂ ਦੇ ਨਾਲ ਨੇ ਸੁਖਬੀਰ ਹੋਰਾਂ ਦੇ ਹਰਸਿਮਰ ਤੋਰਾਂ ਦੇ ਉਹ ਅਫਸਰ ਮੈਨੂੰ ਦੱਸ ਦਿੰਦੇ ਕਹਿੰਦੇ ਨਾਂ ਤਾਂ ਲਿਓ ਨਾ ਸਾਡਾ ਮੈਂ ਕਿਹਾ ਨਾਂ ਨਹੀਂ ਲੈਂਦਾ ਮੈਂ ਕਿਹਾ ਹਾਲ ਕੀ ਐ ਕਹਿੰਦੇ ਰੋ ਕੇ ਸੌਂਦੇ ਨੇ ਉੱਠ ਕੇ ਰੋਂਦੇ ਨੇ ਵੀ ਆ ਨਵਾਂ ਪੰਗਾ ਕੀ ਪਾ ਗਿਆ ਕਹਿੰਦਾ ਉੱਥੋਂ ਤੁਸੀਂ ਕਿੱਕਲੀ ਆ ਗਈ ਕਹਿੰਦਾ ਹੁਣ ਹੋਰ ਨਹੀਂ ਟਿਕਣ ਦੇਂਦੀ ਕਿੱਕਲੀ ਕਨਾਂ ਆਪਸ ਲੜਾਈਆਂ ਕਰ ਜਾਂਦੇ ਤੂੰ ਮੇਰੇ ਭਾਈ ਦਾ ਐ ਕੀਤਾ ਉਹ ਭਾਈ ਕਹਿੰਦਾ ਤੈਂ ਕੀਤਾ ਕਹਿੰਦਾ ਲੜਾਈਆਂ ਚੱਲ ਪਿਆ ਆਪਸ ਸੋ ਵੀਰੋ ਜਦੋਂ ਪਹਿਲਵਾਨ ਹਾਰਦਾ ਹੋਵੇ ਨਾ ਦੰਦੀਆਂ ਹੀ ਵੱਢਣ ਲੱਗ ਜਾਂਦਾ ਕੰਨਾਂ ਕੁੰਨਾਂ ਤੇ ਇਹ ਉਹ ਹੈ ਜੇ ਕੰਮਾਂ ਤੇ ਆ ਗਏ ਹੁਣ ਗਾਲਾਂ ਦੇਣ ਲੱਗ ਗਏ ਬਠਿੰਡਾ ਗਿਆ ਇਹਨਾਂ ਦਾ ਕੀ ਖਤਮ ਟੱਬਰ ਹੀ ਖਤਮ ਜੀ ਜਿਵੇਂ ਇਹਨਾਂ ਨੇ ਜਿਵੇਂ ਇਹਨਾਂ ਨੇ ਆਪਣੀਆਂ ਇੱਛਾਵਾਂ ਖਤਮ ਕੀਤੀਆਂ ਜਿਵੇਂ ਆਪਣਾ ਫਿਊਚਰ ਖਤਮ ਕੀਤਾ ਇਹ ਮੇਰੇ ਮੇਰੇ ਟੱਬਰ ਖਤਮ ਹੋ ਰਿਹਾ ਹੁਣ ਅਜ ਮਿੰਤਾ ਕਰਨੀਆਂ ਪੈ ਰੀਆਂ ਨੇ ਹਾਏ ਝਾੜੂ ਵਾਲੇ ਹਾਏ ਓਏ ਝਾੜੂ ਵਾਲੇ ਓਏ ਰੋਣ ਲੱਗ ਗਈ ਇੱਕ ਦਿਨ ਹਰ ਸਿਮਰਤ ਕੌਰ ਜੀ ਬੀਬਾ ਜੀ ਔਰ ਦੇਖੋ ਪਹਿਲਾਂ ਨਾ ਹੰਕਾਰ ਨਾਲ ਲਿਖਦੀ ਹੁੰਦੀ ਸੀ ਤੁਹਾਡੀ ਬਠਿੰਡੇ ਤੋਂ ਉਮੀਦਵਾਰ ਨੰਨੀ ਸ਼ਾਂ ਹਰ ਸਿਮਰਤ ਕੌਰ ਬਾਲਾ ਹੁਣ ਬਠਿੰਡੇ ਬੋਰਡ ਲੱਗੇ ਹੋਏ ਨੇ ਪਤਾ ਕੀ ਲਿਖਿਆ ਹੋਇਆ ਨਮਾਣੀ ਸੇਵਾਦਾਰ ਆਹਾ ਮੈਂ ਕਿਹਾ ਜੀ ਆਜੋ 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 ਨਾ ਮਾਣੇ ਪਣ ਤੇ ਆਜੋ ਲੋਕ ਲਿਆਉਂਦੇ ਆ ਭਈ ਲੋਕ ਲਿਆਉਂਦੇ ਆ ਮੈਨੂੰ ਦੇਖ ਕੇ ਮੇਰੀ ਫੋਟੋ ਦੇਖ ਕੇ ਨੇ ਅੱਖਾਂ ਚੋਂ ਦਾ ਪਾਣੀ ਹੁ ਨੰਨੀ ਸ਼ਾਂ ਤੋਂ ਬਣ ਕੇ ਨੇ ਮਾਣੀ ਕੱਲ ਪਟਿਆਲਾ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਨਾਲ ਨਾਲ ਸਿੱਖਾਂ ਦੀ ਰੱਜ ਕੇ ਸ਼ਲਾਘਾ ਕੀਤੀ ਤੇ ਆਪਣੀ ਪਾਰਟੀ ਨੂੰ ਪੰਜਾਬ ਅਤੇ ਸਿੱਖਾਂ ਦੀ ਸਭ ਤੋਂ ਵੱਡੀ ਹਮਾਇਤੀ ਦੱਸਿਆ ਮਹਾਰਾਣੀ ਪ੍ਰਨੀਤ ਕੌਰ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਆਮ ਆਦਮੀ ਪਾਰਟੀ ਨੂੰ ਧੋਖੇਬਾਜ਼ ਤੇ ਇੰਡੀਆ ਗੱਠਜੋੜ ਨੂੰ ਭ੍ਰਿਸ਼ਟਾਚਾਰੀਆਂ ਦਾ ਟੋਲਾ ਦੱਸਿਆ ਪੀਐਮ ਨੇ ਕਿਹਾ ਕਿ ਮੋੜ ਸਰਕਾਰ ਬਣਾਉਣ ਦੇ ਲਈ ਮੈਂ ਗੁਰੂਆਂ ਦੀ ਧਰਤੀ ਤੋਂ ਅਸ਼ੀਰਵਾਦ ਲੈਣ ਆਇਆ ਹਾਂ ਮੋਦੀ ਨੇ ਭਗਵੰਤ ਮਾਨ ਨੂੰ ਕਾਗਜ਼ੀ ਮੁੱਖ ਮੰਤਰੀ ਦੱਸਿਆ ਜਿਸ ਨੂੰ ਦਿੱਲੀ ਦਰਬਾਰ 'ਚ ਕਹਿੰਦੇ ਹਾਜ਼ਰੀ ਭਰਨ ਤੋਂ ਫੁਰਸਤ ਹੀ ਨਹੀਂ ਮਿਲਦੀ ਜੋ ਕਾਗਜ਼ੀ ਸੀਐਮ ਹੈ ਉਹਨੇ दिल्ली दरबार में हाजिरी लगाने से ही फुर्सत नहीं है क्या ऐसे लोग पंजाब का विकास कर सकते हैं दिल्ली की कट्टर भ्रष्टाचारी पार्टी और सिख दंगे के दोषी पार्टी आमने सामने लड़ने का नाटक कर रहे हैं लेकिन सच्चाई यही है कि और जाडू पार्टियां दो है लेकिन दुकान एक ही है यहां के लोग कुछ भी बयान दे लेकिन दिल्ली में एक दूसरे को कंधे पर उठाकर नाच रहे ਗੱਲ ਨੋਟ ਕਰਨ ਯੋਗ ਇਹ ਸੀ ਕਿ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੇ ਵਿੱਚ ਨਾ ਹੀ ਅਕਾਲੀ ਦਲ ਤੇ ਨਾ ਹੀ ਕਿਸਾਨੀ ਅੰਦੋਲਨ ਦਾ ਕੋਈ ਜ਼ਿਕਰ ਕੀਤਾ ਪਰ ਉਹਨਾਂ ਨੇ ਖੇਤੀਬਾੜੀ ਦੀ ਗੱਲ ਜ਼ਰੂਰ ਕੀਤੀ ਇਹ ਜ਼ਰੂਰ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਕਿਸਾਨਾਂ ਦੇ ਲਈ ਵੱਡੀਆਂ ਸਕੀਮਾਂ ਲਿਆਂਦੀਆਂ ਅਤੇ ਹੁਣ ਤੱਕ ਕਿਸਾਨਾਂ ਨੂੰ 6000 ਰੁਪਏ ਪ੍ਰਤੀ ਸਲਾਣਾ ਦੇ ਹਿਸਾਬ ਨਾਲ ਕਈ ਕਿਸ਼ਤਾਂ ਦੇ ਦਿੱਤੀਆਂ ਨੇ ਪਿਤੇ 10 ਸਾਲ ਮੈਂ ਪੰਜਾਬ ਸੇ ਗੇਹੂ ਅਤੇ ਧਾਨ ਕੇ ਰਿਕਾਰਡ ਖਰੀਦੀ ਹੋਈ ਹੈ 10 ਸਾਲਾਂ ਮੈਂ ਅਸੀਂ ਐਮਐਸਪੀ ਮੈਂ 2.5 ਗੁਣਾ ਵ੍ਰiddhi ਕੀਤੀ ਹੈ ਇਹ ਪੰਜਾਬ ਦੇ ਹਰ ਕਿਸਾਨ ਕੋ ਪੀਐਮ ਕਿਸਾਨ ਸਨਮਾਨ ਨਿਧੀ ਦੇ ਕਰੀਬ 30000 ਰੁਪਏ ਇੱਕ ਇੱਕ ਕਿਸਾਨ ਕੋ 30000 ਰੁਪਏ ਮਿਲ ਚੁਕੇ ਹਨ ਰੈਲ ਵਿੱਚ ਕੇਸਰੀ ਦਸਤਾਰ ਸਜਾ ਕੇ ਪਹੁੰਚੇ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਪੰਜਾਬੀ ਦੇ ਨਾਲ ਕੀਤੀ ਆਪਣੇ ਭਾਸ਼ਣ ਦੇ ਵਿੱਚ ਪੰਜਾਬ ਪੰਜਾਬੀਅਤ ਸਿੱਖ ਧਰਮ ਤੇ ਸਿੱਖ ਭਾਈਚਾਰੇ ਦਾ ਗੁਣਗਾਨ ਵੀ ਕੀਤਾ ਮੋਦੀ ਨੇ ਕਿਹਾ ਕਿ ਦੇਸ਼ ਦਾ ਵਿਕਾਸ ਹੋਵੇ ਜਾਂ ਦੇਸ਼ ਦੀ ਸੁਰੱਖਿਆ ਸਿੱਖ ਕੌਮ ਨੇ ਹਮੇਸ਼ਾ ਮੂਰੇ ਹੋ ਕੇ ਕੰਮ ਕੀਤਾ ਮੋਦੀ ਨੇ ਪੰਜਾਬ ਦੇ ਨਾਲ ਆਪਣੀ ጉੜੀ ਸਾਂਝਦੀਆਂ ਬਾਤਾਂ ਪਾਈਆਂ ਪਟਿਆਲੇ ਦੀਆਂ ਗਲੀਆਂ ਚ ਘੁੰਮੇ ਹੋਣ ਦੀ ਜਾਣਕਾਰੀ ਵੀ ਸਾਂਝੀ ਕੀਤੀ ਤੇ ਕੁਝ ਇਲਾਕਿਆਂ ਦੇ ਨਾਮ ਵੀ ਲਈ ਜਾਣ ਕਿ ਮੋਦੀ ਨੇ ਦਾਵਾ ਕੀਤਾ ਕਿ ਉਹ ਪਟਿਆਲਾ ਜ਼ਿਲ੍ਹੇ ਦੀਆਂ ਗਲੀਆਂ ਦੇ ਵਿੱਚ ਵੀ ਘੁੰਮਦੇ ਰਹੇ ਨੇ ਸਿੱਖਾਂ ਦੇ ਲਈ ਆਪਣੀ ਸਰਕਾਰ ਦੇ ਕੰਮਾਂ ਨੂੰ ਗਿਣਵਾਉਂਦੇ ਆ ਪ੍ਰਧਾਨ ਮੰਤਰੀ ਮੋਦੀ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਜ਼ਿਕਰ ਕੀਤਾ ਛੋਟੇ ਸਾਬਜ਼ਾਦਿਆਂ ਦੇ ਨਾਮ ਤੇ ਵੀਰ ਬਾਲ ਦਿਵਸ ਆਰੰਭ ਕੀਤੇ ਜਾਣ ਦਾ ਸਿਹਰਾ ਵੀ ਆਪਣੇ ਨਾਮ ਵੱਜਿਆ ਹਾਲਾਂਕਿ ਸਿੱਖ ਕੌਮ ਨੂੰ ਉਹ ਨਾਮ ਪਰਵਾਹ ਨਹੀਂ ਹੈ प्रधानमंत्री मोदी ने इथू तक कहा कि के जो ओ प्रधानमंत्री होंगे उस वक्त तक करतारपुर का लांगा सत्तर साल पहला ही खोल जाना सी देश का बंटवारा किया और बंटवारा भी ऐसा किया कि सत्तर साल तक हमें करतारपुर साहिब को दूरबीन से दर्शन करने पड़ते थे और हर कोई इंसान अपमान महसूस करता है मैं कांग्रेस वालों को कहता हूं कि जब बांग्लादेश की लड़ाई हुई नब्बे हजार से ज्यादा पाकिस्तान के सैनिक सरेंडर कर चुके थे नब्बे हजार से ज्यादा पाकिस्तानी सैनिक हमारे कब्जे में थे हुकुम का पत्ता हमारे हाथ में था और साथियों मैं विश्वास से कहता हूं अगर उस समय मोदी होता अगर उस समय मोदी होता तो मैं इनसे करतारपुर साहब लेकर के रहता ਤਬ ਜਾ ਕਰਕੇ ਉਨਕੋ ਜਮਾਨੋ ਕੋ ਛੋੜਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਵੀ ਨਿਸ਼ਾਨੇ ਲਾਉਂਦਿਆਂ ਅੰਨਾ ਹਜ਼ਾਰੇ ਦਾ ਜ਼ਿਕਰ ਕੀਤਾ ਕਿ ਜਿਹੜੇ ਲੋਕ ਅੰਨਾ ਹਜ਼ਾਰੇ ਵਰਗੀ ਸ਼ਖਸੀਅਤ ਨੂੰ ਧੋਖਾ ਦੇ ਸਕਦੇ ਨੇ ਉਹਨਾਂ ਤੋਂ ਹੋਰ ਕੀ ਆਸ ਰੱਖੀ ਜਾ ਸਕਦੀ ਹੈ ਪ੍ਰਧਾਨ ਮੰਤਰੀ ਦੀ ਪਟਿਆਲਾ ਰੈਲੀ ਮੌਕੇ ਬੀਜੇਪੀ ਦੀ ਪੰਜਾਬ ਦੀ ਸਾਰੀ ਲੀਡਰਸ਼ਿਪ ਪਹੁੰਚੀ ਹੋਈ ਸੀ ਜਿਸ ਨੇ ਪ੍ਰਧਾਨ ਮੰਤਰੀ ਨੂੰ ਸ਼੍ਰੀ ਸਾਹਿਬ ਅਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਮਾਡਲ ਪੇਟ ਕਰਕੇ ਸਨਮਾਨਿਤ ਕੀਤਾ ਪਟਿਆਲਾ ਰੈਲੀ ਤੋਂ ਪਹਿਲਾਂ ਕੱਲ ਪ੍ਰਧਾਨ ਮੰਤਰੀ ਹਰਿਆਣਾ ਦੇ ਮਹਿੰਦਰਗੜ੍ਹ ਦੇ ਵਿੱਚ 20 ਯਰ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਸਨ ਹਰਿਆਣਾ ਦੇ ਵਿੱਚ ਕੱਲ ਚੋੜ ਪ੍ਰਚਾਰ ਦਾ ਆਖਰੀ ਦਿਨ ਸੀ ਇੱਥੇ ਰੈਲੀ ਨੂੰ ਸੰਬੋਧਨ ਕਰਦਿਆਂ ਪੀਐਮ ਨੇ ਕਿਹਾ ਕਿ ਕਾਂਗਰਸ ਦਾ ਜੇ ਵਾਸ ਚੱਲੇ ਤਾਂ ਉਹ ਰਾਮ ਰਾਮ ਕਹਿਣ ਵਾਲੇ ਹਰੇਕ ਵਿਅਕਤੀ ਨੂੰ ਗ੍ਰਿਫਤਾਰ ਕਰਵਾ ਦੇਵੇ ਉਹਨਾਂ ਕਾਂਗਰਸ ਤੇ ਭਾਰਤ ਨੂੰ ਵੰਡਣ ਤੇ ਆਪਣੇ ਵੋਟ ਬੈਂਕ ਦੇ ਲਈ ਦੋ ਮੁਸਲਮ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਬਦੀ ਹਮਲਿਆਂ ਦਾ ਕਾਂਗਰਸ ਸੇਤ ਆਮ ਆਦਮੀ ਪਾਰਟੀ ਨੇ ਵੀ ਜਵਾਬ ਦਿੱਤਾ ਆਮ ਆਦਮੀ ਪਾਰਟੀ ਤੇ ਪੰਜਾਬ ਦਾ ਕਾਗਜ਼ੀ ਮੁੱਖ ਮੰਤਰੀ ਹੋਣ ਦੇ ਇਲਜ਼ਾਮ ਤੇ ਪਲਟਵਾਰ ਕਰਦਿਆਂ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਪਹਿਲਾਂ ਮੋਦੀ ਜੀ ਨੂੰ ਆਪਣੀ ਪੀੜ੍ਹੀ ਹੇਠਾਂ ਸੋਟਾ ਮਾਰਨਾ ਚਾਹੀਦਾ ਹੈ ਪ੍ਰਧਾਨ ਮੰਤਰੀ ਨੂੰ ਲੱਗਦਾ ਹੈ ਕਿ ਹਰ ਸਿਆਸੀ ਪਾਰਟੀ ਬੀਜੇਪੀ ਵਾਂਗੂ ਤਾਨਾਸ਼ਾਹ ਹੈ ਕਹਿੰਦੇ ਕਾਗਜ਼ੀ ਮੁੱਖ ਮੰਤਰੀ ਨਿਯੁਕਤ ਕਰਨਾ ਤਾਂ ਬੀਜੇਪੀ ਦੀ ਸ਼ੈਲੀ ਹੈ ਅਜਿਹਾ ਕਹਿੰਦੇ ਹਨ ਉਹਨਾਂ ਨੇ ਮੱਧ ਪ੍ਰਦੇਸ਼ ਝਾਰਖੰਡ ਤੇ ਰਾਜਸਥਾਨ ਦੀ ਉਦਾਹਰਣ ਦਿੱਤੀ ਉਨਾ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ 3 ਕਰੋੜ ਪੰਜਾਬੀਆਂ ਨੇ ਚੁਣਿਆ ਹੈ ਦਾਵਾ ਕੀਤਾ ਕਿ ਪ੍ਰਧਾਨ ਮੰਤਰੀ ਨੂੰ 4 ਜੂਨ ਨੂੰ ਭਗਵੰਤ ਮਾਨ ਲਈ ਪੰਜਾਬੀਆਂ ਦਾ ਪਿਆਰ ਤੇ ਸਮਰਥਨ ਦੇਖਣ ਨੂੰ ਮਿਲੇਗਾ ਕਾਂਗਰਸ ਨੇ ਪਲਟਵਾਰ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਪੰਜਾਬ ਤੇ ਹਰਿਆਣਾ ਦੇ ਵਿੱਚ ਤਾਂ ਚਲੇ ਗਏ ਪਰ ਕਿਸਾਨੀ ਸੰਘਰਸ਼ ਤੇ ਬੇਰੁਜ਼ਗਾਰੀ ਨੂੰ ਲੈ ਕੇ ਖਾਮੋਸ਼ ਕਿਉਂ ਹਨ ਪੀਐਮ ਮੋਦੀ ਦੀ ਰੈਲੀ ਮੌਕੇ ਪਟਿਆਲਾ ਸ਼ਹਿਰ ਦੇ ਆਲੇ-ਦੁਆਲੇ ਕਿਸਾਨਾਂ ਨੇ ਘੇਰਾ ਪਾ ਲਿਆ ਕਿਉਂਕਿ ਪਟਿਆਲੇ ਨੂੰ ਜਾਂਦੇ ਸਾਰੇ ਰਾਂ ਕਿਸਾਨਾਂ ਦੇ ਲਈ ਪੁਲਿਸ ਨੇ ਵੱਡੇ-ਵੱਡੇ ਬੈਰੀਕੇਡ ਲਾ ਕੇ ਬੰਦ ਕਰ ਰੱਖੇ ਸਨ ਇੱਥੋਂ ਤੱਕ ਕਿ ਮਿੱਟੀ ਦੇ ਟਿੱਪਰ ਵੀ ਸਾਰੀਆਂ ਸੜਕਾਂ ਤੇ ਖੜੇ ਕਰ ਦਿੱਤੇ ਸਨ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਪਟਿਆਲਾ ਸ਼ਹਿਰ ਦੇ ਆਲੇ-ਦੁਆਲੇ ਗਰਜਦੇ ਰਹੇ ਪਰ ਪੁਲਿਸ ਦੀ ਜ਼ਬਰਦਸਤ ਬੈਰੀਕੇਡਿੰਗ ਨੇ ਕਿਸਾਨਾਂ ਨੂੰ ਰੈਲੀ ਥਾਂ ਦੇ ਨੇੜੇ ਤੇੜੇ ਨਾ ਫਟਕਣ ਦਿੱਤਾ ਪ੍ਰਧਾਨ ਮੰਤਰੀ ਮੋਦੀ ਤੇ ਕਿਸਾਨਾਂ ਦਾ ਪਰਛਾਵਾਂ ਤੱਕ ਨਹੀਂ ਪੈਣ ਦਿੱਤਾ ਜਦ ਕਿ ਕਿਸਾਨਾਂ ਨੇ ਕਿਹਾ ਕਿ ਉਹ ਸਿਰਫ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੁਝ ਸਵਾਲ ਪੁੱਛਣਾ ਚਾਹੁੰਦੇ ਹਨ ਪਰ ਕਿਸਾਨਾਂ ਨੂੰ ਬਾਹਰ ਹੀ ਰੋਕੀ ਜਾਣ ਤੇ ਕਿਸਾਨਾਂ ਨੇ ਸੜਕਾਂ ਤੇ ਜਾਮ ਲਾ ਕੇ ਮੋਦੀ ਖਿਲਾਫ ਕਾਲੇ ਝੰਡਿਆਂ ਦੇ ਨਾਲ ਸ਼ਾਂਤਮਈ ਤਰੀਕੇ ਨਾਲ ਰੋਸ ਮੂਜ਼ਾਰੇ ਕੀਤੇ ਹਾਲਾਂਕਿ ਕਿਸਾਨਾਂ ਖਿਲਾਫ ਟਿੱਪਣੀਆਂ ਕਰਨ ਵਾਲੇ ਫਰੀਦਕੋਟ ਤੋਂ ਬੀਜੇਪੀ ਉਮੀਦਵਾਰ ਹੰਸਰਾਜ ਹੰਸ ਕਿਸਾਨਾਂ ਦੇ ਧੱਕੇ ਜ਼ਰੂਰ ਚੜ ਗਏ ਕਿਸਾਨਾਂ ਨੇ ਹੰਸਰਾਜ ਹੰਸ ਨੂੰ ਸੰਗਰੂਰ ਰੋਡ ਤੇ ਸਥਿਤ ਪਸਿਆਣਾ ਚੌਂਕ ਦੇ ਵਿੱਚ 1 ਘੰਟੇ ਤੋਂ ਵੱਧ ਸਮਾਂ ਘੇਰਾ ਪਾਈ ਰੱਖਿਆ ਪਟਿਆਲਾ ਦੇ ਐਸਐਸਪੀ ਵਰਨਨ ਸ਼ਰਮਾ ਨੇ ਫਿਰ ਕਿਵੇਂ ਨਾ ਕਿਵੇਂ ਕਿਸਾਨਾਂ ਦੇ ਵਿਚਾਲੇ ਫਸੀ ਭਾਜਪਾ ਉਮੀਦਵਾਰ ਦੀ ਕਾਰ ਕਢਵਾਈ ਤੇ ਬਦਲਵੇਂ ਰਸਤੇ ਉੋਂ ਉਹਨਾਂ ਨੂੰ ਰੈਲੀ ਤੱਕ ਪਹੁੰਚਾਇਆ ਗਿਆ ਇਸ ਦੌਰਾਨ ਹੰਸਰਾਜ ਹੰਸ ਦੀ ਕਾਰ ਦੀ ਫੇਟ ਕਾਰਨ ਇੱਕ ਕਿਸਾਨ ਆਗੂ ਬਿੱਕਰ ਸਿੰਘ ਹਥੋਆ ਵੀ ਜ਼ਖਮੀ ਹੋ ਗਿਆ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਨੇ ਪੰਜ ਥਾਵਾਂ ਤੋਂ ਰੈਲੀ ਵੱਲ ਨੂੰ ਚੱਲੇ ਪਏ ਪਰ ਪੁਲਿਸ ਨੇ ਸਾਰੇ ਰਾਹਾਂ 'ਤੇ ਕਿਸਾਨਾਂ ਨੂੰ ਰੋਕ ਲਿਆ। ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਲੀਡਰ ਸੁਰਜੀਤ ਸਿੰਘ ਫੂਲ, ਜਗਜੀਤ ਸਿੰਘ ਢੱਲੇਵਾਲ ਤੇ ਕਾਕਾ ਕੋਟੜਾ ਸਣੇ ਹੋਰਾਂ ਨੂੰ ਢਾਬੀ ਗੁਜਰਾ ਤੋਂ ਆਉਂਦੇ ਆ ਪੁਲਿਸ ਨੇ ਪਸਿਆਣਾ ਚੌਂਕ 'ਤੇ ਹੀ ਰੋਕ ਦਿੱਤਾ। ਇਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਤੇ ਸਰਵਣ ਸਿੰਘ ਪੰਦੀਰ ਹੁਣਾਂ ਨੇ ਇਲਜ਼ਾਮ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੇ ਸਵਾਲਾਂ ਤੋਂ ਭਗੌੜੇ ਹੋ ਗਏ ਕਹਿੰਦੇ ਜਥੇਬੰਦੀਆਂ ਨੇ ਚਾਰੇ ਪਾਸੇ ਤੋਂ ਪਟਿਆਲੇ ਵੱਲ ਕੂਚ ਕੀਤਾ ਸੀ ਪਰ ਪੁਲਿਸ ਨੇ ਭਾਰੀ ਟਰੱਕਾਂ ਲਾ ਕੇ ਕਿਸਾਨਾਂ ਨੂੰ ਰੋਕ ਲਿਆ ਕਹਿੰਦੇ ਕਿਸਾਨਾਂ ਮਜ਼ਦੂਰਾਂ ਦੇ ਸਵਾਲਾਂ ਤੋਂ ਭੱਜੇ ਪ੍ਰਧਾਨ ਮੰਤਰੀ ਨੇ ਸਾਬਿਤ ਕਰ ਦਿੱਤਾ ਕਿ ਉਹਨਾਂ ਕਿ ਉਹਨਾਂ ਦਾ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦੇ ਵਿੱਚ ਕੋਈ ਯਕੀਨ ਨਹੀਂ ਹੈ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੱਸਣਾ ਚਾਹੀਦਾ ਕਿ ਉਹਨਾਂ ਨੇ ਦਿੱਲੀ ਅੰਦੋਲਨ ਦੀਆਂ ਮੰਨੀਆਂ ਮੰਗਾਂ ਲਾਗੂ ਕਿਉਂ ਨਹੀਂ ਕੀਤੀਆਂ ਸ਼ਾਂਤ ਮੈਤਰੀ ਕੇ ਨਾਲ ਦਿੱਲੀ ਜਾ ਰਹੇ ਕਿਸਾਨਾਂ ਮਜ਼ਦੂਰਾਂ ਨੂੰ ਸੜਕਾਂ ਤੇ ਵੱਡੀਆਂ ਰੋਕਾਂ ਲਾ ਕੇ ਕਿਉਂ ਰੋਕਿਆ ਸਾਡੇ ਸ਼ੁਭਕਰਨ ਸਿੰਘ ਨੂੰ ਕਿਉਂ ਖਤਮ ਕਰ ਦਿੱਤਾ ਉਹਨਾਂ ਨੇ ਐਲਾਨ ਕੀਤਾ ਕਿ ਅੱਜ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ ਮੌਕੇ ਕਿਸਾਨ ਜਥਿਆਂ ਦੇ ਰੂਪ ਦੇ ਵਿੱਚ ਸਵਾਲ ਪੁੱਛਣ ਉਹਨਾਂ ਨੂੰ ਜ਼ਰੂਰ ਪਹੁੰਚਣਗੇ ਮੈਂ ਸਰਵੰਤ ਸਿੰਘ ਪੰਦੇਰ ਕੈਮਮ ਤੇ ਐਸਕੇਮ ਨਾਨ ਪੋਲਿਟਿਕਲ ਬਲ ਜੋੜੇ ਦੋ ਪ੍ਰੋਗਰਾਮਾਂ ਦਾ ਐਲਾਨ ਕੀਤਾ ਗਿਆ ਸੀਗਾ ਇੱਕ ਤਾਂ ਕੱਲ ਪਟਿਆਲੇ ਹੋ ਗਿਆ ਅੱਜ ਮਾਨਜੂਗ ਪ੍ਰਧਾਨ ਮੰਤਰੀ ਜੀ ਗਰਦਾਸਪੁਰ ਆ ਰਹੇ ਨੇ ਅਸੀਂ ਜਾਪੂਵਾਲ ਪਿੰਡ ਦੇ ਵਿੱਚ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਇਕੱਠੇ ਹੁੰਦਾ ਹਵਾਨ ਕਰਦੇ ਆ ਉੱਥੇ ਇਕੱਠੇ ਹੋ ਕੇ ਅੱਗੇ ਪੀਸਫੁਲੀ ਟੰਗਣਾ ਵਧਿਆ ਜੀ ਪ੍ਰਧਾਨ ਮੰਤਰੀ ਜੀ ਨੂੰ ਸਵਾਲ ਕਰਨ ਵਾਸਤੇ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਸ਼ਾਕ ਕੁੰਡ ਦੇ ਵਿੱਚ ਸੁਖਿੰਦਰ ਸਿੰਘ ਜੀ ਸਵਰਾ ਉਹਨਾਂ ਦੀ ਗਵਾਈ ਜਥਾ ਅੱਗੇ ਜਾਵੇਗਾ ਇਸੇ ਤਰ੍ਹਾਂ ਫਗਵਾੜੇ ਦੇ ਵਿੱਚ ਮਨਜੀਤ ਰਾਏ ਜੀ ਦੀ ਅਗਵਾਈ ਦੇ ਵਿੱਚ ਜਥਾ ਜੜਾ ਵਾ ਉਹ ਅੱਗੇ ਜਾਇਆ ਜਾਊਗਾ ਤੋਂ ਕੱਲ ਵੀ ਪ੍ਰਧਾਨ ਮੰਤਰੀ ਦੁਨੀਆ ਦੇ ਸਭ ਤੋਂ ਤਾਕਤਵਰ ਪ੍ਰਧਾਨ ਮੰਤਰੀ ਜਿਨ੍ਹਾਂ ਨੇ ਪਿਛਲੇ 10 ਸਾਲਾਂ ਚ ਉਹਨਾਂ ਦਾ ਦਾਵਾ ਵਾ ਅਸੀਂ ਵਿਕਾਸ ਕੀਤਾ ਵਾ ਸਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਰਹੇ ਨੇ ਨਾ ਪੰਜਾਬ ਭਾਜਪਾ ਦਾ ਕਿਸੇ ਲੀਡਰ ਕੋ ਦਾਮਾ ਕੋ ਸਾਹਮਣੇ ਆ ਕੇ ਸਾਡੇ ਸਵਾਲਾਂ ਦੇ ਜਵਾਬ ਦੇ ਦੇ ਰਹੀ ਹੀ ਸਾਡਾ ਕੰਮ ਹੈਗਾ ਵਾ ਅਸੀਂ ਪੀਸਫੁਲੀ ਠੰਗਣਾ ਆਪਣਾ ਕੰਮ ਕਰ ਰਹੇ ਹੈਗੇ ਆ 102 ਦਿਨ ਮੋਰਚਾ ਚੱਲਿਆ ਗਿਆ ਔਰ ਕੋਈ ਨਪਟਾਰਾ ਭਾਜਪਾ ਦੀ ਸਰਕਾਰ ਕਰਨ ਨੂੰ ਤਿਆਰ ਨਹੀਂ ਹੈਗੀ ਔਰ ਸਾਡੇ ਸਵਾਲ ਕੀ ਹੈਗੇ ਆ ਸਾਡੇ ਸਵਾਲ ਹੈਗੇ ਆ ਕਿ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪ੍ਰਦਰਸ਼ਨ ਕਰਨ ਦਾ ਅਧਿਕਾਰ ਕੀ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਨਹੀਂ ਹੈਗਾ ਇਹ ਸਵਾਲ ਦਾ ਜਵਾਬ ਦਿਓ ਦੂਸਰਾ ਕਿਹੜੇ ਕਾਨੂੰਨ ਤਹਿਤ ਤੁਸੀਂ ਜੜਾ ਵਾ ਇਹ ਦੀਵਾਰਾਂ ਹਾਈਵੇ ਦੇ ਉੱਤੇ ਕੱਢੀਆਂ ਹੈਗੀਆਂ ਇਹਦਾ ਜਵਾਬ ਸਾਨੂੰ ਦੇ ਦਿਓ ਅਸੀਂ ਫਿਰ ਤੁਹਾਨੂੰ ਸਵਾਲ ਨਹੀਂ ਕਰਾਂਗੇ ਦੂਸਰਾ ਫਿਰ ਜਿਹੜੀ ਤਾਕਤ ਦੀ ਵਰਤੋਂ ਸਾਡੇ ਤੇ ਕੀਤੀ ਗਈ ਆ ਜਿਵੇਂ ਬੁਲੇਟ ਐਸ ਐਲ ਆਰ 12 ਬੂਰ ਰਬੜ ਦੀਆਂ ਗੋਲੀਆਂ ਔਰ ਹੰਝੂ ਗੈਸ 에ਅਰ ਬ੍ਰਸਟ ਔਰ ਡਰੋਨ ਤੋਂ ਜਿਹੜੇ ਹਮਲੇ ਸਾਡੇ ਤੇ ਕੀਤੇ ਗਏ 450 ਕਿਸਾਨ ਜ਼ਖਮੀ ਹੋਇਆ ਸੈਹਿਦ ਸੁਭਕਰ ਨੂੰ ਸ਼ਹੀਦ ਕੀਤਾ ਗਿਆ ਇਹਦਾ ਕੋਈ ਜਵਾਬ ਹੈ ਤੇ ਦੇ ਦਿਓ ਲਖੀਮਪੁਰ ਖਿਰੀ ਦੇ ਵਿੱਚ ਜੋ ਕੁਝ ਸਾਡੇ ਨਾਲ ਹੋਇਆ ਉਹਦੇ ਦੋਸ਼ੀ ਨੂੰ ਟਿਕਟ ਦਿੱਤੀ ਗਈ ਹੁਣ ਵੀ ਕਹਿੰਦੇ ਸਨਮਾਨ ਕਰਾਂਗੇ ਜਿੱਤਿਆਂ ਤੋਂ ਬਾਅਦ ਇਹਦਾ ਸਵਾਲ ਦਾ ਜਵਾਬ ਦੇ ਦਿਓ ਤੁਸੀਂ ਮੰਨਿਆ ਸੀ ਐਮਐਸਬੀ ਲੀਗਲ ਗਾਰੰਟੀ ਕਾਨੂੰਨ ਬਣਾਵਾਂਗੇ ਤੁਹਾਨੂੰ ਦਿੱਕਤ ਕੀ ਹੈ ਇਹਦੇ ਵਿੱਚ ਦੱਸੋ ਸਾਨੂੰ ਕਿਸਾਨ ਮਜ਼ਦੂਰ ਦੇ ਕਰਜ਼ੇ ਦਾ ਸਵਾਲ ਹੈਗਾ ਇਹਦੇ 'ਚ ਦਿੱਕਤ ਕੀ ਹੈਗਾ ਕਾਰਪੋਰੇਟ ਦਾ ਕਰਜ਼ਾ ਤੇ ਤੁਸੀਂ 14 ਲੱਖ ਸਾਢੇ 14 ਲੱਖ ਹਜ਼ਾਰ ਕਰੋੜ ਮਾਫ ਕੀਤਾ ਸਾਡੇ ਚ ਕੀ ਸਮੱਸਿਆ ਹੈਗੀ ਹੈ ਜਵਾਬ ਦੇ ਦਿਓ ਇਸੇ ਤਰੀਕੇ ਨਾਲ ਜਿਹੜਾ ਜਿਹੜਾ ਹੈਗਾ ਵਾ ਨਰੇਗਾ 200 ਦਿਨ ਚੱਲੇ 700 ਰੁਪਏ ਦਿਹਾੜੀ ਹੋਵੇ ਭਾਰਤ ਡਬਲਯੂਟੀਓ ਤੋਂ ਬਾਹਰ ਆਵੇ ਇਹ ਕੀ ਸਮੱਸਿਆ ਹੈਗੀਆਂ ਸੋ ਇਹਨਾਂ ਸਵਾਲਾਂ ਦੇ ਜਵਾਬ ਮੰਗਦੇ ਹੈਗੇ ਇਸ ਕਰਕੇ ਅੱਜ ਦਾ ਪ੍ਰੋਗਰਾਮ ਵੱਧ ਤੋਂ ਵੱਧ ਜਨਤਾ ਨੂੰ ਬੇਨਤੀ ਵੀ ਜਰੂਰ ਆਓ ਅਰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਭਾਜਪਾ ਦਾ ਚਿਹਰਾ ਅੱਜ ਵੀ ਨੰਗਾ ਕਿਤਾ ਜਾ ਸਕੇ ਲੋਕ ਸਭਾ ਚੋਣਾਂ ਦੇ 6ਵੇਂ ਗੇੜ ਦੇ ਲਈ ਚੋਣ ਪ੍ਰਚਾਰ ਕੱਲ ਸ਼ਾਮ ਨੂੰ ਬੰਦ ਹੋ ਗਿਆ ਇਸ ਗੇੜ ਤਹਿਤ 6 ਸੂਬਿਆਂ ਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ 58 ਲੋਕ ਸਭਾ ਸੀਟਾਂ ਤੇ ਕੱਲ 25 ਮਈ ਨੂੰ ਵੋਟਾਂ ਪੈਣਗੀਆਂ ਇਹਨਾਂ ਸੀਟਾਂ ਦੇ ਵਿੱਚ ਦਿੱਲੀ ਦੀਆਂ 7 ਲੋਕ ਸਭਾ ਸੀਟਾਂ ਤੇ ਯੂਪੀ ਦੀਆਂ 14 ਹਰਿਆਣੇ ਦੀਆਂ ਸਾਰੀਆਂ 10 ਸੀਟਾਂ ਬਿਹਾਰ ਤੇ ਪੱਛਮੀ ਬੰਗਾਲ ਦੀਆਂ 8 8 오ਡੀਸਾ ਦੀਆਂ 6 ਚਾਰਖਣੀਆਂ 4 ਤੇ ਜੰਮੂ ਕਸ਼ਮੀਰ ਦੀ ਇੱਕ ਸੀਟ ਦੇ ਲਈ ਵੋਟਾਂ ਪੈਣਗੀਆਂ ਹਰਿਆਣੇ ਦੇ ਕਰਨਾਲ ਵਿਧਾਨ ਸਭਾ ਸੀਟ ਦੇ ਲਈ ਜ਼ਿਮਨੀ ਚੋਣ ਵੀ ਕੱਲ ਨੂੰ ਹੋ ਰਹੀ ਹੈ ਹੁਣ ਤੱਕ 25 ਸੂਬਿਆਂ ਤੇ ਕੇਂਦਰ ਸ਼ਾਸਿਤ ਦੇਸ਼ਾਂ ਦੀਆਂ 428 ਸੀਟਾਂ ਤੇ ਵੋਟਾਂ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ। ਕੱਲ ਚੋਣ ਪ੍ਰਚਾਰ ਦੇ ਆਖਰੀ ਦਿਨ ਕਾਂਗਰਸ ਲੀਡਰ ਪ੍ਰਿਆੰਕਾ ਗਾਂਧੀ ਨੇ ਹਰਿਆਣਾ ਦੇ ਵਿੱਚ ਰੋਡ ਸ਼ੋਅ ਕੱਢਿਆ ਅਤੇ ਦਾਵਾ ਕੀਤਾ ਕਿ ਹਰਿਆਣੇ ਦੀਆਂ ਸਾਰੀਆਂ ਦੀਆਂ ਸਾਰੀਆਂ ਸੀਟਾਂ ਅਸੀਂ ਜਿੱਤਾਂਗੇ। ਭਾਰਤੀ ਚੋਣ ਕਮਿਸ਼ਨ ਨੇ ਕੱਲ ਸੁਪਰੀਮ ਕੋਰਟ ਦੇ ਵਿੱਚ ਦਲੀਲ ਦਿੱਤੀ ਕਿ ਪੋਲਿੰਗ ਪੱਧਰ ਦੀ ਹੋਈ VOTING ਫੀਸਰ ਦਾ ਡਾਟਾ ਕਮਿਸ਼ਨ ਦੀ ਵੈੱਬਸਾਈਟ ਤੇ ਪਾਉਣ ਨਾਲ ਮਾਹੌਲ ਖਰਾਬ ਹੋ ਜਾਊਗਾ। ਕਮਿਸ਼ਨ ਦਾ ਕਹਿਣਾ ਹੈ ਕਿ ਇਸ ਨਾਲ ਐਨੀ ਦਿਨੀ ਆਮ ਚੋਣਾਂ ਵਿੱਚ ਰੁਝੀ ਹੋਈ ਚੋਣ ਮਸ਼ੀਨਰੀ ਵਿੱਚ ਭੜਮ ਵਾਲੀ ਸਥਿਤੀ ਪੈਦਾ ਹੋ ਜਾਵੇਗੀ। ਇੱਕ ਗੈਰ ਸਰਕਾਰੀ ਸੰਸਥਾ ਵੱਲੋਂ ਮੰਗ ਚੁੱਕੀ ਗਈ ਸੀ ਕਿ ਲੋਕ ਸਭਾ ਚੋਣਾਂ ਦੇ ਹਰੇਕ ਗੇਟ ਤੋਂ ਬਾਅਦ ਚੋਣ ਕਮਿਸ਼ਨ ਨੂੰ 48 ਘੰਟਿਆਂ ਦੇ ਅੰਦਰ ਪੋਲਿੰਗ ਬੂਥ ਪੱਧਰ ਦੀ VOTING ਫੀਸਰ ਦਾ ਡਾਟਾ ਆਪਣੀ ਵੈੱਬਸਾਈਟ ਤੇ ਪਾਉਣਾ ਚਾਹੀਦਾ ਹੈ ਜਸਟਿਸ ਦੀਪੰਕਰ দত্ত ਅਤੇ ਜਸਟਿਸ ਸतीश ਚੰਦਰ ਸ਼ਰਮਾ ਦੇ ਛੁੱਟੀਆਂ ਵਾਲੇ ਬੈਂਚ ਦੇ ਵੱਲੋਂ NGO ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਸ ਦੀ ਪਟੀਸ਼ਨ ਤੇ ਸੁਣਵਾਈ ਕੀਤੀ ਜਾਣੀ ਹੈ ਪਟੀਸ਼ਨਰ ਨੇ ਚੋਣ ਕਮਿਸ਼ਨ ਨੂੰ ਇਹ ਨਿਰਦੇਸ਼ ਦਿੱਤੇ ਜਾਂਦੀ ਅਪੀਲ ਵੀ ਕੀਤੀ ਹੈ ਕਿ ਸਾਰੇ ਪੋਲਿੰਗ ਬੂਥਾਂ ਦੇ ਫਾਰਮ 17C ਭਾਗ 1 ਦੀਆਂ ਸਕੈਨ ਕੀਤੀਆਂ ਗਈਆਂ ਕਾਪੀਆਂ VOTING ਤੋਂ ਤੁਰੰਤ ਬਾਅਦ ਅਪਲੋਡ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਇਸ ਮੰਗ ਦੇ ਵਿਰੋਧ ਵਿੱਚ ਦਾਇਰ ਕੀਤੇ ਗਏ ਆਪਣੇ ਹਲਫੀਆ ਬਿਆਨ ਵਿੱਚ ਚੋਣ ਕਮਿਸ਼ਨ ਨੇ ਕਿਹਾ ਕਿ ਫਾਰਮ 17C ਉਮੀਦਵਾਰ ਜਾਂ ਉਸ ਦੇ ਏਜੰਟ ਤੋਂ ਇਲਾਵਾ ਹੋਰ ਕਿਸੇ ਵਿਅਕਤੀ ਨੂੰ ਮੁਹੱਈਆ ਕਰਵਾਉਣ ਸੰਬੰਧੀ ਕੋਈ ਕਾਨੂੰਨੀ ਹੁਕਮ ਨਹੀਂ ਹੈ ਉਧਰਾਸਵਾ ਮੈਂਬਰ ਕਪਿਲ ਸਿਬਲ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਆਪਣੀ ਵੈਬਸਾਈਟ ਤੇ ਪੋਲਿੰਗ ਬੂਥ ਪੱਧਰ ਦੀ VOTING ਫੀਸਦ ਦੇ ਅੰਕੜੇ ਨਹੀਂ ਪਾਏ ਪਾਏ ਜਿਸ ਨਾਲ ਸਿਆਸੀ ਪਾਰਟੀਆਂ ਨੂੰ ਕੁਝ ਗੜਬੜ ਹੋਣ ਦਾ ਸ਼ੱਕ ਪੈਦਾ ਹੋ ਗਿਆ ਸਾਬਕਾ ਕੇਂਦਰੀ ਮੰਤਰੀ ਸਿਬਲ ਨੇ ਇਹ ਵੀ ਸਵਾਲ ਕੀਤਾ ਕਿ ਜਦੋਂ VOTING ਦੇ ਅਖੀਰ ਵਿੱਚ ਫਾਰਮ 17C ਵਿੱਚ ਸਾਰੇ ਵੇਰਵੇ ਪੋਲਿੰਗ ਏਜੰਟ ਨੂੰ ਦੇ ਦਿੱਤੇ ਜਾਂਦੇ ਨੇ ਤਾਂ ਬੂਥ ਪੱਧਰ ਦਾ ਡਾਟਾ ਵੈਬਸਾਈਟ ਤੇ ਪਾਉਣ ਵਿੱਚ ਸਮੱਸਿਆ ਹੀ ਕੀ ਹੈ ਸ਼੍ਰੋਮਣੀ ਕਾਲੇਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੱਲ ਮੁਕੇਰੀਆਂ ਦੇ ਵਿੱਚ ਆਪਣੀ ਪਾਰਟੀ ਦੇ ਉਮੀਦਵਾਰ ਸੋਹਣ ਸਿੰਘ ਠੰਡਲ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ ਹੁਸ਼ਿਆਰਪੁਰ ਤੋਂ ਸੋਹਣ ਸਿੰਘ ਠੰਡਲ ਚੋਣ ਲੜ ਰਹੇ ਨੇ ਇਸ ਮੌਕੇ ਸੁਖਬੀਰ ਨੇ ਕਿਹਾ ਕਿ ਕੌਮੀ ਪਾਰਟੀ ਨੇ ਪੰਜਾਬ ਨਾਲ ਹਮੇਸ਼ਾ ਤੱਕਾ ਕੀਤਾ ਹੈ ਪ੍ਰਧਾਨ ਮੰਤਰੀ ਬਾਰੇ ਬੋਲਦਿਆਂ ਸੁਖਬੀਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਲੋਕਾਂ ਨੂੰ ਡਰਾਉਣ ਦੀ ਸਿਆਸਤ ਕਰ ਰਹੇ ਨੇ ਖਡੂਰ ਸਾਹਿਬ ਤੋਂ ਸ਼੍ਰੋਮਣੀ ਕਾਲੇਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੇ ਹੱਕ ਵਿੱਚ ਇਲਾਕੇ 'ਚ ਪਹੁੰਚੇ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਅਕਾਲੀ ਦਲ ਦੀ ਹਮਾਇਤ ਜ਼ਰੂਰੀ ਹੈ। ਜਲੰਧਰ ਦੇ ਲਤੀਫਪੁਰਾ ਵਾਸੀਆਂ ਨੇ ਵੋਟਾਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ। ਸ਼ਹਿਰ ਦੇ ਵਿੱਚ ਭਾਵੇਂ ਚੋਣ ਪ੍ਰਚਾਰ ਪੂਰੇ ਜ਼ੋਰਾਂ ਤੇ ਹੈ ਪਰ ਲਤੀਫਪੁਰਾ ਦੇ ਵਿੱਚ ਖਾਮੋਸ਼ੀ ਛਾਈ ਹੋਈ ਹੈ। ਇੱਥੇ ਸਿਆਸੀ ਵਾਅਦਿਆਂ ਦੀ ਗੂੰਜ ਗੈਰਹਾਜ਼ਰ ਰਹੀ। ਕੋਈ ਵੀ ਉਮੀਦਵਾਰ ਇੱਥੇ ਵੋਟਾਂ ਮੰਗਣ ਹੀ ਨਹੀਂ ਆਇਆ ਤੇ ਸੂਬਾ ਸਰਕਾਰ ਦੀ ਕਾਰਵਾਈ ਤੋਂ ਦੁਖੀ ਲਤੀਫਪੁਰਾ ਵਾਸੀਆਂ ਨੇ ਐਲ ਕਿ ਲੋਕ ਸਭਾ ਚੋਣਾਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਬੀਜੇਪੀ ਉਮੀਦਵਾਰਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਲੁਧਿਆਣਾ ਤੋਂ ਬੀਜੇਪੀ ਕੈਂਡੀਡੇਟ ਰਵਨੀਤ ਸਿੰਘ ਬਿੱਟੂ ਨੂੰ ਕਿਸਾਨਾਂ ਨੇ ਕੱਲ ਵੀ ਕਾਲੀਆਂ ਝੰਡੀਆਂ ਦਿਖਾਈਆਂ। ਬਿੱਟੂ ਬੇਟ ਇਲਾਕੇ ਦੇ ਵਿੱਚ ਕੱਲ ਪ੍ਰਚਾਰ ਕਰਨ ਲਈ ਪਹੁੰਚੇ ਹੋਏ ਸਨ। ਉਧਰ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦਾ ਵੀ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਨੇ। ਕੱਲ ਮਾਨਸਾ ਦੇ ਪਿੰਡਾਂ ਵਿੱਚ ਪਹੁੰਚੇ ਗੁਰਮੀਤ ਸਿੰਘ ਖੁੱਡੀਆਂ ਨੂੰ ਕਿਸਾਨਾਂ ਨੇ ਘੇਰ ਕੇ ਸਵਾਲ ਪੁੱਛਣੇ ਚਾਹੇ ਪਰ ਖੁੱਡੀਆਂ ਟਾਲਮਟੋਲ ਕਰਦੇ ਦਿਖਾਈ ਦਿੱਤੇ।